ਅਸੀਂ ਪਿਛਲੇ ਦਿਨਾਂ ਦਾ ਟੈਂਪਰੇਚਰ ਰਿਕਾਰਡਸ ਦੇਖੀਏ ਤਾਂ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਅੱਜ ਕੱਲ੍ਹ ਪ੍ਰੀਵੇਲ ਕਰ ਰਹੀਆਂ ਨੇ। ਨਵੇਂ ਸਾਲ 'ਤੇ ਲੋਐਸਟ ਟੈਂਪਰੇਚਰ ਵੀ ਰਿਕਾਰਡ ਕੀਤਾ ਗਿਆ, ਡੇ ਟਾਈਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ। ਕਾਫੀ ਦਿਨਾਂ ਤੋਂ ਧੁੱਪ ਜਿਹੜੀ ਨਜ਼ਰ ਨਹੀਂ ਆਈ, ਚਿੱਟੀ ਚਾਦਰ ਦੇ ਨਾਲ ਅਸਮਾਨ ਢੱਕਿਆ ਹੋਇਆ, ਕਿੰਨੇ ਦਿਨ ਹੋਰ ਅਜਿਹਾ ਮੌਸਮ ਰਹੇਗਾ, ਕੁਛ ਅਜਿਹੀ ਪ੍ਰੈਡਿਕਸ਼ਨ ਹੈ? ਜੀ, ਆਉਣ ਵਾਲੇ 3-4 ਦਿਨ ਹਲੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਪ੍ਰੀਵੇਲ ਕਰਨ ਦੀ ਪ੍ਰੈਡਿਕਸ਼ਨ ਹੈ। ਕੋਲਡ ਡੇਜ਼ ਔਰ ਡੈਂਸ ਟੂ ਵੈਰੀ ਡੈਂਸ ਫੋਗ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਉਣ ਵਾਲੇ 3-4 ਦਿਨ ਐਕਸਪੈਕਟਡ ਹੈ। ਔਰ ਇਹਦੇ ਵਾਸਤੇ IMD ਵੱਲੋਂ ਅੱਜ ਔਰੇਂਜ ਅਲਰਟ ਔਰ ਕੱਲ੍ਹ ਤੋਂ ਯੈਲੋ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਲੁਧਿਆਣਾ ਟਾਈਮਸ ਵੇਖ ਰਹੇ ਹੋ। 31 ਦਸੰਬਰ ਦੀ ਰਾਤ ਔਰ ਸਾਲ ਦਾ ਪਹਿਲਾ ਦਿਨ ਬੇਹੱਦ ਠੰਡੇ ਰਹੇ, ਤਾਪਮਾਨ ਦੇ ਵਿੱਚ ਗਿਰਾਵਟ ਦੇ ਨਾਲ ਕਈ ਦਹਾਕਿਆਂ ਦੇ ਰਿਕਾਰਡ ਵੀ ਟੁੱਟੇ। ਇਹ ਕਹਿ ਸਕਦੇ ਹਾਂ ਕਿ ਨਵੇਂ ਸਾਲ ਦੀ ਆਮਦ 'ਤੇ ਪੂਰੇ ਉੱਤਰੀ ਭਾਰਤ ਨੂੰ ਧੁੰਦ ਨੇ ਚਿੱਟੀ ਚਾਦਰ ਦੇ ਨਾਲ ਢੱਕਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ, ਇਸ ਬਾਰੇ ਜਾਣਾਂਗੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੈਦਰ ਐਕਸਪਰਟ ਪਵਨੀਤ ਕੌਰ ਕਿੰਗਰਾ ਜੀ ਸਾਡੇ ਨਾਲ ਮੌਜੂਦ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਬਾਰੇ ਦੱਸੋ ਕਿ ਮੌਸਮ ਦਾ ਮਿਜਾਜ ਕਿਸ ਤਰ੍ਹਾਂ ਦਾ ਰਹੇਗਾ, ਤਾਪਮਾਨ ਦੇ ਵਿੱਚ ਕਿੰਨੀ ਕੁ ਗਿਰਾਵਟ ਆਏਗੀ, ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਤਾਪਮਾਨ ਜਿਹੜਾ ਘੱਟਦਾ ਨਜ਼ਰ ਆ ਰਿਹਾ ਔਰ ਧੁੰਦ ਅਤੇ ਠੰਡ ਜਿਹੜੀ ਵੱਧ ਰਹੀ ਹੈ। ਬਿਲਕੁਲ ਜੀ, ਜੇ ਅਸੀਂ ਪਿਛਲੇ ਦਿਨਾਂ ਦਾ ਟੈਂਪਰੇਚਰ ਰਿਕਾਰਡਸ ਦੇਖੀਏ ਤਾਂ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਅੱਜ ਕੱਲ੍ਹ ਪ੍ਰੀਵੇਲ ਕਰ ਰਹੀਆਂ ਨੇ। ਨਵੇਂ ਸਾਲ 'ਤੇ ਲੋਐਸਟ ਟੈਂਪਰੇਚਰ ਵੀ ਰਿਕਾਰਡ ਕੀਤਾ ਗਿਆ, ਡੇ ਟਾਈਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ, ਔਰ ਕੱਲ੍ਹ ਦਾ ਜੋ ਡੇ ਟਾਈਮ ਟੈਂਪਰੇਚਰ 15 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ 2.5 ਡਿਗਰੀ ਸੈਂਟੀਗ੍ਰੇਡ ਨੀਚੇ ਅਸੀਂ ਓਬਜ਼ਰਵ ਕੀਤਾ। ਸੋ ਫਿਲਹਾਲ ਜਿਹੜੇ ਕੋਲਡ ਡੇ ਕੰਡੀਸ਼ਨਸ ਕੰਟੀਨਿਊ ਕਰ ਰਹੀਆਂ ਨੇ, ਡੇ ਟਾਈਮ ਟੈਂਪਰੇਚਰ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਨੋਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਹੈਗਾ। ਔਰ ਉਸੇ ਤਰ੍ਹਾਂ ਜੇ ਅਸੀਂ ਨਾਈਟ ਟਾਈਮ ਕੰਡੀਸ਼ਨਸ ਦੇਖੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਿਹਾ ਸੀਗਾ, ਬਟ ਅੱਜ ਅਸੀਂ 2 ਡਿਗਰੀ ਸੈਂਟੀਗ੍ਰੇਡ ਦੀ ਗਿਰਾਵਟ ਕੱਲ੍ਹ ਨਾਲੋਂ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਰਿਕਾਰਡ ਕੀਤੀ ਹੈ, ਔਰ ਅੱਜ ਨੀਅਰ ਨੋਰਮਲ ਜਿਹੜਾ ਨਾਈਟ ਟਾਈਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਮੈਮ, ਗੱਲ ਕੀਤੀ ਜਾਵੇ ਕਾਫੀ ਦਿਨਾਂ ਤੋਂ ਧੁੱਪ ਜਿਹੜੀ ਨਜ਼ਰ ਨਹੀਂ ਆਈ, ਚਿੱਟੀ ਚਾਦਰ ਦੇ ਨਾਲ ਅਸਮਾਨ ਢੱਕਿਆ ਹੋਇਆ, ਕਿੰਨੇ ਦਿਨ ਹੋਰ ਅਜਿਹਾ ਮੌਸਮ ਰਹੇਗਾ, ਕੁਛ ਅਜਿਹੀ ਪ੍ਰੈਡਿਕਸ਼ਨ ਹੈ? ਜੀ, ਆਉਣ ਵਾਲੇ 3-4 ਦਿਨ ਹਲੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਪ੍ਰੀਵੇਲ ਕਰਨ ਦੀ ਪ੍ਰੈਡਿਕਸ਼ਨ ਹੈ। ਕੋਲਡ ਡੇਜ਼ ਔਰ ਡੈਂਸ ਟੂ ਵੈਰੀ ਡੈਂਸ ਫੋਗ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਉਣ ਵਾਲੇ 3-4 ਦਿਨ ਐਕਸਪੈਕਟਡ ਹੈ। ਔਰ ਇਹਦੇ ਵਾਸਤੇ IMD ਵੱਲੋਂ ਅੱਜ ਔਰੇਂਜ ਅਲਰਟ ਔਰ ਕੱਲ੍ਹ ਤੋਂ ਯੈਲੋ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ। ਮੈਮ, ਗੱਲ ਕੀਤੀ ਜਾਵੇ ਜਿੱਥੇ ਠੰਡ ਵੱਧ ਰਹੀ ਹੈ ਉਸ ਦੇ ਨਾਲ ਨਾਲ ਧੁੰਦ ਵੀ ਹੈ, ਕਿਤੇ ਕਿਤੇ ਤਰੇਲ ਵੀ ਪੈਂਦੀ ਨਜ਼ਰ ਆ ਰਹੀ ਹੈ, ਫਸਲਾਂ ਨੂੰ ਇਸਦਾ ਕਿੰਨਾ ਕੁ ਫਾਇਦਾ ਹੈ ਜਾਂ ਨੁਕਸਾਨ ਹੈ? ਕਿਉਂਕਿ ਜੇ ਵੇਖਿਆ ਜਾਵੇ ਜਿਹੜੀ ਕਣਕ ਦੀ ਫਸਲ ਹੈ ਉਸਨੂੰ ਠੰਡ ਦਾ ਫਾਇਦਾ ਹੋਏਗਾ, ਪਰ ਕੀ ਅਜਿਹੇ ਮੌਸਮ ਦੇ ਵਿੱਚ ਕੋਈ ਪ੍ਰਿਕੋਸ਼ਨਸ ਕਿਸਾਨ ਭਰਾਵਾਂ ਨੂੰ ਰੱਖਣ ਦੀ ਜ਼ਰੂਰਤ ਹੈ? ਜੀ, ਜੇ ਅਸੀਂ ਰੱਬੀ ਕਰੋਪਸ ਦੀ ਗੱਲ ਕਰੀਏ ਤਾਂ ਆਲਮੋਸਟ ਸਾਰੀਆਂ ਕਰੋਪਸ ਨੂੰ ਹੀ ਕੂਲ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ, ਜਿਵੇਂ ਵੀਟ ਕਰੋਪ ਔਰ ਹੋਰ ਕਰੋਪਸ ਨੂੰ ਵੀ। ਔਰ ਸੈਕਿੰਡਲੀ, ਜਦੋਂ ਧੁੰਦ ਹੁੰਦੀ ਹੈ ਤਾਂ ਉਹਦੇ ਨਾਲ ਜਿਵੇਂ ਤੁਸੀਂ ਕਿਹਾ ਥੋੜ੍ਹੀ ਥੋੜ੍ਹੀ ਤਰੇਲ ਵੀ ਲੱਗ ਰਹੀ ਹੈ, ਕਿਉਂਕਿ ਧੁੰਦ ਦੇ ਨਾਲ ਥੋੜ੍ਹਾ ਜਿਹਾ ਫਸਲਾਂ ਨੂੰ ਮੋਇਸਚਰ ਵੀ ਮਿਲ ਜਾਂਦਾ। ਸੋ ਇਹਦਾ ਕੋਈ ਨੈਗੇਟਿਵ ਇਫੈਕਟ ਇੰਨਾ ਕਰੋਪਸ 'ਤੇ ਨਹੀਂ ਹੁੰਦਾ ਹੈਗਾ। ਬਟ ਹੁਣ ਜਿਵੇਂ ਅਸੀਂ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਓਬਜ਼ਰਵ ਕਰ ਰਹੇ ਹਾਂ, ਜੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਨੀਚੇ ਜਾਂਦਾ, ਸਪੈਸ਼ਲੀ ਜੇ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲੇ ਜਾਂਦਾ, ਫਿਰ ਕੋਹਰਾ ਪੈਣ ਦੇ ਕਾਫੀ ਚਾਂਸਿਸ ਹੁੰਦੇ ਨੇ। ਸੋ ਧੁੰਦ ਦਾ ਤਾਂ ਫਸਲਾਂ ਨੂੰ ਨੁਕਸਾਨ ਨਹੀਂ ਹੁੰਦਾ, ਬਟ ਜਦੋਂ ਕੋਹਰਾ ਪੈਂਦਾ ਉਹਦਾ ਫਸਲਾਂ ਨੂੰ ਨੁਕਸਾਨ ਹੋ ਸਕਦਾ, ਸਪੈਸ਼ਲੀ ਸਬਜ਼ੀਆਂ ਦੀਆਂ ਫਸਲਾਂ ਬੜੀਆਂ ਸੈਂਸਿਟਿਵ ਹੁੰਦੀਆਂ ਨੇ, ਔਰ ਜੇ ਉਹ ਲਗਾਤਾਰ ਕੰਟੀਨਿਊ ਕਰਦਾ ਤਾਂ ਫਿਰ ਉਹ ਹੋਰ ਫਸਲਾਂ ਨੂੰ ਵੀ ਇਫੈਕਟ ਕਰ ਸਕਦਾ। ਸੋ ਉਦੋਂ ਫਾਰਮਰਸ ਨੂੰ ਜ਼ਰੂਰ ਜਿਹੜਾ ਧਿਆਨ ਦੇਣ ਦੀ ਲੋੜ ਹੈਗੀ ਆ। ਮੈਮ, ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਹੈ? ਕਿਉਂਕਿ ਕਿਹਾ ਜਾ
ਰਿਹਾ ਸੀ ਕਿ ਇੱਕ ਵੈਸਟਰਨ ਡਿਸਟਰਬੈਂਸ ਵੀ ਜਿਹੜੀ ਹਲਕੀ ਜਿਹੀ ਡਿਵੈਲਪ ਹੋ ਰਹੀ ਹੈ ਪਰ ਇੰਨੀ ਸਟਰੋਂਗ ਨਹੀਂ, ਉਸ ਬਾਰੇ ਵੀ ਥੋੜ੍ਹਾ ਜਿਹਾ ਦੱਸੋ ਕਿ ਬਾਰਿਸ਼ ਹੋ ਸਕਦੀ ਹੈ ਜਾਂ ਹਾਲੇ ਕੋਈ ਸੰਭਾਵਨਾ ਨਹੀਂ ਹੈ। ਵੈਸਟਰਨ ਡਿਸਟਰਬੈਂਸ ਬੜੀ ਹਲਕੀ ਜਿਹੀ ਜਿਹੜੀ ਹੈ ਉਹ ਡਿਵੈਲਪ ਜਿਹੜੀ ਹੋ ਰਹੀ ਹੈ, ਬਟ ਫਿਲਹਾਲ 3-4 ਦਿਨ ਹਾਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ, ਹਲੇ ਕੋਲਡ ਡੇਜ਼ ਔਰ ਡੈਂਸ ਟੂ ਵੈਰੀ ਡੈਂਸ ਫੋਗ ਹੀ ਐਕਸਪੈਕਟਡ ਹੈ। ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਸ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੈਦਰ ਐਕਸਪਰਟ ਪਵਨੀਤ ਕੌਰ ਕਿੰਗਰਾ ਜੀ, ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ, ਤਾਪਮਾਨ ਦੇ ਵਿੱਚ ਕਿੰਨੀ ਕੁ ਗਿਰਾਵਟ ਆਈ ਹੈ, ਔਰ ਆਉਣ ਵਾਲੇ 3-4 ਦਿਨ ਅਜਿਹੇ ਹੀ ਰਹਿਣਗੇ, ਔਰ ਅਹਿਤਿਆਤ ਵਰਤੋ ਜੇਕਰ ਤੁਸੀਂ ਸਫ਼ਰ ਦੇ ਵਿੱਚ ਜਾ ਰਹੇ ਹੋ, ਕਿਉਂਕਿ ਧੁੰਦ ਦੇ ਕਰਕੇ ਵਿਜ਼ੀਬਿਲਿਟੀ ਜਿਹੜੀ ਹੈ ਘੱਟ ਜਾਂਦੀ ਹੈ ਔਰ ਅਮੂਮਨ ਖਦਸ਼ਾ ਰਹਿੰਦਾ ਹੈ ਹਾਦਸਿਆਂ ਦਾ। ਸੋ ਤੁਸੀਂ ਜੇਕਰ ਸ਼ਹਿਰ ਤੋਂ ਬਾਹਰ ਜਾ ਰਹੇ ਹੋ, ਠੰਡ ਤੋਂ ਵੀ ਬਚਾਅ ਰੱਖੋ ਔਰ ਥੋੜ੍ਹੇ ਜਿਹੇ ਅਹਿਤਿਆਤ ਵੀ ਰੱਖੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਮੈਂ ਅਮਨ ਸਿੰਘ, ਲੁਧਿਆਣਾ।